ਗੱਲ ਹੋਣ ਡਈ ਆ ਉਹ ਪੱਟੀ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਨਿਹੰਗਾਂ ਦੇ ਬਾਣੇ ਦੇ ਵਿੱਚ ਆਏ ਲੋਕਾਂ ਤੇ ਇਲਜ਼ਾਮ ਲੱਗਿਆ। ਸ਼ਮੀ ਕੁਮਾਰ ਨਾਮੀ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਗਏ ਜਿਸ ਦੇ ਕਾਰਨ ਮੌਤ ਹੋਈ ਹੈ ਤਾਂ ਦੋ ਨੌਜਵਾਨ ਜ਼ਖਮੀ ਵੀ ਹੋਏ ਨੇ ਤਾਂ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਤਕਰਾਰ ਹੋਈ ਸੀ ਤਾਂ ਸ਼ਮੀ ਕੁਮਾਰ ਨਾਮੀ ਨੌਜਵਾਨ ਤਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ। ਇਸ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾਕ੍ਰਮ ਇੱਥੇ ਵਾਪਰਦਾ ਹੋਇਆ ਨਜ਼ਰ ਆ ਰਿਹਾ। ਤਾਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪੱਟੀ ਤੋਂ ਇਹ ਖਬਰ ਸਾਹਮਣੇ ਆਈ ਹੈ। ਨਿਹੰਗਾਂ ਦੇ ਬਾਣੇ ਦੇ ਵਿੱਚ ਆਏ ਲੋਕਾਂ 'ਤੇ ਕਤਲ ਦੇ ਇਲਜ਼ਾਮ ਲੱਗੇ ਨੇ ਤਾਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਤਕਰਾਰ ਹੋਈ ਸੀ ਜਿਸ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ। ਪੱਟੀ ਦੇ ਵਿੱਚ ਇੱਕ ਸ਼ਖਸ ਦਾ ਕਤਲ ਕੀਤਾ ਗਿਆ ਹੈ ਤਾਂ ਨਿਹੰਗਾਂ ਦੇ ਬਾਣੇ ਦੇ ਵਿੱਚ ਇਹ ਜਿਹੜੇ ਲੋਕ ਨਜ਼ਰ ਆ ਰਹੇ ਨੇ ਇਹਨਾਂ ਦੇ ਉੱਤੇ ਕਤਲ ਦਾ ਇਲਜ਼ਾਮ ਲੱਗਿਆ ਹੈ ਤਾਂ ਸ਼ਮੀ ਕੁਮਾਰ ਨਾਮੀ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਈ ਵਾਰ ਕੀਤੇ ਗਏ ਜਿਸ ਦੇ ਕਾਰਨ ਜਾਨ ਗਈ ਹੈ ਤਾਂ ਕੁਝ ਜਿਹੜੇ ਜ਼ਖਮੀ ਵੀ ਹੋਏ ਨੇ ਤਾਂ ਦੋ ਲੋਕ ਜਿਹੜੇ ਇਸ ਪੂਰੇ ਘਟਨਾਕ੍ਰਮ ਦੌਰਾਨ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਤਾਂ ਪੱਟੀ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਨਿਹੰਗਾਂ ਦੇ ਬਾਣੇ ਦੇ ਵਿੱਚ ਆਏ ਇਹਨਾਂ ਲੋਕਾਂ ਦੇ ਵੱਲੋਂ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ। ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਤਾਂ ਪੱਟੀ 'ਚ ਕਤਲ ਦੀ ਇਹ ਵਾਰਦਾਤ ਵਾਪਰੀ ਹੈ। ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ। ਨਿਹੰਗਾਂ ਦੇ ਬਾਣੇ ਦੇ ਵਿੱਚ ਸਨ ਇਹ ਹਮਲਾਵਰ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਤਾਂ ਪੂਰਾ ਮਾਮਲਾ ਕੀ ਰਿਹਾ ਹੋਏਗਾ, ਆਖਿਰ ਕਤਲ ਦੀ ਵਜ੍ਹਾ ਕੀ ਸੀ, ਕਿੱਥੋਂ ਤਕਰਾਰ ਸ਼ੁਰੂ ਹੋਈ, ਇਹਨਾਂ ਤਮਾਮ ਸਵਾਲਾਂ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਹਮਲਾਵਰ ਕੌਰ ਨੇ ਇਹਨਾਂ ਨੂੰ ਲੈ ਕੇ ਵੀ ਜਿਹੜੀ ਜਾਂਚ ਹੈ ਉਹ ਕੀਤੀ ਜਾਏਗੀ। ਤਾਂ ਦੋ ਨੌਜਵਾਨ ਜ਼ਖਮੀ ਹੋਏ ਨੇ, ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ। ਤਾਂ ਪੱਟੀ ਤੋਂ ਇਹ ਤਸਵੀਰ ਸਾਹਮਣੇ ਆਈ ਹੈ। ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਨਰਿੰਦਰ ਜੁੜੇ ਨੇ ਪੱਟੀ ਤੋਂ। ਤਾਂ ਨਰਿੰਦਰ, ਪੂਰਾ ਘਟਨਾਕ੍ਰਮ ਕੀ ਹੈ, ਕਦੋਂ ਦਾ ਇਹ ਮਾਮਲਾ ਹੈ, ਫਿਲਹਾਲ ਕੀ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ? ਜੀ, ਦੱਸਿਆ ਜਾਵੇ ਤਾਂ ਇਹ ਜਿਹੜਾ ਝਗੜਾ ਵਾ, ਇਹ ਪੈਸਿਆਂ ਦੇ ਵੇਲਿਆਂ ਨੂੰ ਜਿਹੜਾ ਹੋਇਆ ਵਾ। ਇਸ ਬਾਰੇ ਜਿਹੜਾ ਅੱਜ ਬਾਅਦ ਦੁਪਹਿਰ ਜਿਹੜੇ ਕੁਝ ਨਿਹੰਗ ਬਣੇ ਵਿੱਚ ਨਿਹੰਗ ਜਿਹੜੇ ਆਏ ਸੀਗੇ, ਉਹਨਾਂ ਵੱਲੋਂ ਜਿਹੜਾ ਨੌਜਵਾਨ ਜਿਸ ਦਾ ਕਤਲ ਕਰ ਦਿੱਤਾ ਗਿਆ ਉਸਦੇ ਘਰ ਜਾ ਕੇ ਪਹਿਲਾਂ ਤੇ ਉਹਦੇ ਨਾਲ ਲੜਾਈ ਝਗੜਾ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਹ ਤਿੰਨੇ ਜਿਹੜੇ ਸੀਗੇ ਲੋਕ ਜ਼ਖਮੀ ਹੋ ਗਏ, ਜਿਹਨਾਂ ਵਿੱਚ ਸ਼ੰਮੀ ਪੁਰੀ ਜਿਹੜਾ ਸੀਗਾ ਉਸਦਾ ਗੁੱਟ ਵੱਢਿਆ ਗਿਆ, ਤੇ ਜਿਹੜੇ ਉਸਦੇ ਦੋ ਹੈਗੇ ਸੀ, ਇੱਕ ਬੇਟਾ ਤੇ ਇੱਕ ਹੋਰ ਸਹਿਯੋਗੀ, ਉਹਨਾਂ ਦੇ ਵੀ ਜਿਹੜੇ ਹੱਥਾਂ ਦੇ ਉੱਤੇ ਜਿਹੜੀਆਂ ਇੱਕ ਦੀ ਉਂਗਲਾਂ ਵੱਢੀਆਂ ਗਈਆਂ ਤੇ ਇੱਕ ਦਾ ਹੱਥ ਜਿਹੜਾ ਉਸ ਉੱਤੇ ਜਿਹੜਾ ਵਾਰ ਕੀਤਾ ਗਿਆ ਤੇ ਜ਼ਖਮੀ ਹੋ ਗਿਆ। ਇਹਨਾਂ ਨੂੰ ਜਿਹੜਾ ਹਸਪਤਾਲ ਲਿਆਂਦਾ ਗਿਆ ਤੇ ਹਸਪਤਾਲ ਦੇ ਵਿੱਚ ਜਿਹੜਾ ਸ਼ੰਮੀ ਪੁਰੀ ਆ ਉਸ ਦੀ ਜਿਹੜੀ ਆ ਡੈਥ ਹੋ ਗਈ ਆ, ਤੇ ਜਿਹੜਾ ਇੱਕ ਅਮਨਪੁਰੀ ਤੇ ਇੱਕ ਰਾਜਨਪੁਰੀ ਜਿਹੜੇ ਨੇ ਗੇ ਉਹਨਾਂ ਦਾ ਇਲਾਜ ਜਿਹੜਾ ਉਹ ਚੱਲ ਰਿਹਾ। ਕੀ ਨਰਿੰਦਰ, ਇਹਨਾਂ ਹਮਲਾਵਰਾਂ ਦੀ ਪਛਾਣ ਕਰ ਲਈ ਹੈ, ਗ੍ਰਿਫਤਾਰੀ ਹੋ ਚੁੱਕੀ ਹੈ? ਨਹੀਂ, ਬਿਲਕੁਲ, ਜਿਹੜਾ ਹਮਲਾਵਰਾਂ ਦੀ ਜਿਹੜੀ ਪਛਾਣ ਹੈ ਉਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਪਹਿਚਾਣ ਜਿਹੜੀ ਕਰ ਲਈ ਗਈ ਹੈ। ਪਰ ਜਿਹੜੇ ਹਮਲਾਵਰ ਨੇਗੇ ਜਿਹੜੇ ਉਹ ਜਿਹੜਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜਾ ਵਾ ਜਿਹੜੀ ਆਪਣੀ ਗੱਡੀ ਵਿੱਚ ਆਏ ਸੀ ਉਸ ਗੱਡੀ ਤੇ ਜਿਹੜਾ ਉਹ ਫਰਾਰ ਹੋ ਗਏ ਨੇ। ਕੁੱਲ ਕਿੰਨੇ ਹਮਲਾਵਰ ਸਨ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ? ਪਰਿਵਾਰਕ ਮੈਂਬਰਾਂ ਦੇ ਮੁਤਾਬਕ ਜਿਹੜਾ ਸੱਤ ਜਿਹੜੇ ਹਮਲਾਵਰ ਜਿਹੜੇ ਨੋਵਾ ਗੱਡੀ ਵਿੱਚ ਆਏ ਸੀਗੇ ਨਿਹੰਗ ਬਾਣੇ ਵਿੱਚ, ਤੇ ਉਹਨਾਂ ਵੱਲੋਂ ਜਿਹੜਾ ਘਟਨਾ ਨੂੰ ਜਿਹੜਾ ਅੰਜਾਮ ਜਿਹੜਾ ਉਹ ਦਿੱਤਾ ਗਿਆ। ਜੀ, ਤਾਂ ਬਹੁਤ ਬਹੁਤ ਧੰਨਵਾਦ ਨਰਿੰਦਰ ਤਮਾਮ ਜਾਣਕਾਰੀ ਦੇ ਲਈ। ਤਾਂ ਨਿਹੰਗਾਂ ਦੇ ਬਾਣੇ ਦੇ ਵਿੱਚ ਆਏ ਲੋਕਾਂ ਦੇ ਉੱਤੇ ਕਤਲ ਦੇ ਇਲਜ਼ਾਮ ਲੱਗੇ ਨੇ, ਤਾਂ ਫਿਲਹਾਲ
ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ। ਇਹਨਾਂ ਦੀ ਪਹਿਚਾਣ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਕਿ ਉਹ ਕਰ ਲਈ ਗਈ ਹੈ, ਤਾਂ ਫਿਲਹਾਲ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਘਰ ਆ ਗਏ, ਨਿਹੰਗ ਪੈ ਗਏ, ਬੰਦੇ ਦੀ ਬਾਂਹ ਵੱਢੀ ਆ, ਵੇਖੋ ਕੌਣ ਪਿਆ ਕੌਣ ਕਰੇ। ਨਿਹੰਗ ਸਿੰਘ ਪੰਜ ਛੇ ਸੱਤ ਸੱਤ ਨਿਹੰਗ ਸੱਤ ਨਿਹੰਗ ਆਏ ਜੀ, ਪਤਾ ਲੱਗਾ ਨਾ ਕੌਣ ਬਲਵਿੰਦਰ ਸਿੰਘ ਜੋ ਬਟੋਏ ਦਾ। ਗੱਲ ਕੋਈ ਨੀ ਹੋਈ ਕਿਸੇ ਨਾਲ, ਕੋਈ ਮਾੜਾ ਮੋਟਾ ਹੈਗਾ ਸੀ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੇ ਨਿਹੰਗਾਂ ਨੂੰ ਘਲਾਤਾ ਇਹਦੇ ਨਾਲ। ਇਹਨਾਂ ਤੋਂ ਗਿਆ ਬਾਹਰ ਚਾਹ ਪਾਣੀ ਪੀਓ, ਠੰਡੇ ਹੋ ਗਏ ਜਾਓ, ਕੋਈ ਗੱਲ ਨੀ ਗੀ। ਤੇ ਬਾਹਰ ਚਲੇ ਗਏ, ਬਾਹਰ ਕੱਢਦੇ ਰਹੇ ਉਹਨਾਂ ਨੂੰ, ਤੇ ਬਾਹਰ ਆਏ ਗੁੱਟ ਵੱਢ ਦਿੱਤਾ ਉਹਦਾ ਨਿਹੰਗ ਨੂੰ। ਵੀਡੀਓਗ੍ਰਾਫਰੀ ਹੈਗੀ ਸਾਡੇ ਕੋਲ ਸਾਰੀ, ਤਰਪਾਨਾ ਮਾਰੀਆਂ ਉਹ ਦੂਜੇ ਦੇ ਵੀ ਆਵੇ ਨਾਲ ਪਿਆ ਮੁੰਡਾ ਇਹਦਾ ਵੀ ਉੱਧਰ ਵੇਖੋ। ਮੰਗ ਸਾਡੀ ਇਹੋ, ਸਾਨੂੰ ਇਨਸਾਫ਼ ਦਿੱਤਾ ਜਾਵੇ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ, ਤੇ ਕਾਰਵਾਈ ਫੁੱਲ ਹੋਣੀ ਚਾਹੀਦੀ। ਮਾਰ ਕੇ ਗਏ ਹਾਂ, ਜਾਂ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ। ਜਿਹੜਾ ਜਦ ਨਹੀਂ ਵੜਿਆ ਵੜਿਆ ਹੀ ਨਹੀਂ, ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ, ਕਾਨੂੰਨੀ ਕਾਰਵਾਈ ਕੋਈ ਨਹੀਂ ਹੈਗੀ। ਇਹ ਮੇਰੇ ਚਾਚਾ ਜੀ ਆ ਸ਼ੰਮੀਪੁਰੀ, ਸੱਤ ਨਿਹੰਗ ਆਏ ਆ ਵੀਰ ਜੀ, ਚੋਲੇ ਪਾ ਕੇ ਆਏ, ਉਹਨਾਂ ਨੂੰ ਅੰਦਰ ਘਰੇ ਬੈਠੇ ਬਿਠਾਇਆ ਸੀਗਾ, ਬਹਿ ਕੇ ਗੱਲ ਕਰੋ ਬਹਿ ਕੇ, ਕਿਸੇ ਨੇ ਨਹੀਂ ਮੰਨੀ। ਉਦੋਂ ਕਿਰਪਾਨਾ ਕੱਢ ਕੇ ਸਿੱਧਾ ਹੀ ਹਮਲਾ ਕਰਤਾ ਉਹਨਾਂ ਨੇ। ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲਓ, ਜਿੰਦਾ ਬੰਦਾ ਲੈ ਕੇ ਆਏ ਆ, ਚੰਗਾ ਭਲਾ ਇੱਥੇ ਅੱਧਾ ਘੰਟਾ ਬਲੀਡਿੰਗ ਹੁੰਦੀ ਰਹੀ, ਕਿਸੇ ਨੇ ਨਹੀਂ ਪੁੱਛਿਆ। ਉਸ ਤੋਂ ਬਾਅਦ ਹੁਣ ਪੂਰੇ ਹੋ ਕੇ ਡੈਥ ਹੋ ਗਈ, ਸਾਡਾ ਹੀ ਨਿਰਗਾ ਬੰਦਾ ਖਤਮ ਕਰਤਾ, ਤੇ ਹੁਣ ਮਾਰੇ ਨੂੰ ਗੁਲੂ ਕੋਈ ਲਾ ਗਏ ਜੀ। ਦੱਸੋ ਇਹੋ ਜਿਹਾ ਕੀ ਹਸਪਤਾਲ ਕੋਲੋਂ ਥੋੜਿਆ ਨੂੰ। ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ, ਪਰ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ, ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ਼ ਚਾਹੀਦਾ। ਜੋ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ, ਜੋ ਵੀ ਨਿਹੰਗ ਜੋ ਵੀ ਆ ਭਾਜੀ, ਵੇਖੋ ਸਾਡਾ ਤੇ ਫਿਰ ਹਿੰਦੂਆਂ ਦਾ ਰਹਿਣਾ ਬੇੜਾ ਗਰਕ ਇੱਥੇ ਨਾ। ਅਸੀਂ ਤੇ ਇਹ ਕਵਾਂਗੇ ਉਲਟਾ ਸਾਨੂੰ ਆਂਦੇ ਆ, ਅਸੀਂ ਵੱਢ ਦਾਂਗੇ, ਅਸੀਂ ਖਾਲਿਸਤਾਨੀ ਆਏ ਆ, ਤੇ ਅਸੀਂ ਤੇ ਰਹਿ ਗਏ ਬਸ ਇਹਨਾਂ ਜੋਗੇ। ਅੱਜ ਇਹਨੂੰ ਵੱਢਿਆ, ਕੱਲ ਨੂੰ ਸ਼ਹਿਰ 'ਚ ਗਏ ਹੋਰ ਨੂੰ ਵੱਢੂਗੇ। ਝਗੜੇ ਦੀ ਵਜ੍ਹਾ ਕੋਈ ਨਹੀਂ ਆ, ਕਿ ਥਰਡ ਪਾਰਟੀ ਦਾ ਝਗੜਾ ਹੋਊ, ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇਣ ਨਹੀਂ, ਇਹ ਸਿਰਫ ਖਾਊ ਯਾਰ ਆ, ਆਪਦੀਆਂ ਜੇਬਾਂ ਭਰਨ ਆਏ ਸੀ। ਸੱਤ ਜਾਣੇ ਸੀ ਨੋਵਾ ਗੱਡੀ 'ਤੇ ਆਏ, ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਨਿਹੰਗ ਇੱਕੋ ਜਿਹਾ, ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ, ਮਗਰ ਇਹ ਟੂਟੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ, ਪੀਂਦੇ ਸਮੈਕਾ, ਉਹ ਚੋਲੇ ਦੇ ਅੰਦਰ ਸਭ ਕੁਝ ਕਰੀ ਜਾਂਦੇ, ਤੇ ਇਹੋ ਜਿਹਾ ਨੂੰ ਕਰਨਾ। ਤਿੰਨ ਜਾਣੇ ਇਹ ਸ਼ੰਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ, ਇੱਕ ਮੈਂ ਅਮਨਪੁਰੀ ਜਿਹੜਾ ਜ਼ਖਮੀ ਆ, ਇੱਕ ਕਰਨਪੁਰੀ ਮੇਰਾ ਚਾਚੇ ਦਾ ਮੁੰਡਾ ਪੱਟੀ ਦੇ ਹੀ ਆ। ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ, ਵੇਖ ਲਓ ਖੂਨ ਹੀ ਖੂਨ ਹੋਇਆ ਪਿਆ, ਡਕਾ ਘਰ ਘਰ ਆ ਕੇ ਪਏ, ਲੁੱਟਣ ਹੀ ਪਏ ਆ ਕੇ ਗੱਲ ਕਰਦਾ ਪਏ ਆ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ। ਬਿਆਨ ਲਈ ਲਿਖਾਉਣ ਦੇ ਜੀ ਸਾਨੂੰ, ਬਿਆਨ ਨਹੀਂ ਲਿਖਾਉਣ ਦੇ ਜੀ, ਕਹਿੰਦੇ ਵਕੀਲ ਸੱਦਣਾ ਫਿਰ ਬਿਆਨ ਲਿਖਾਉਣਾ ਜੀ। ਕੀ ਘਟਨਾ ਹੋਈ, ਕੀ ਹੈ ਘਟਨਾ? ਇਹ ਨਿਹੰਗ ਆਏ ਜੀ, ਇਹਨਾਂ ਦਾ ਕੋਈ ਪੈਸਿਆਂ ਦਾ ਹੈਗਾ ਜੀ ਕਸੂਰ ਜੀ? ਸਰ ਪਤਾ ਲੱਗਾ ਕੌਣ ਨਿਹੰਗ ਆਏ? ਇੱਕ ਨਿਹੰਗ ਹੈਗਾ ਜੀ, ਇਹਨਾਂ ਦਾ ਹੋਏ ਉਹ ਸੱਦਣਾ ਬਣ ਜਾਂਦਾ, ਇੱਥੇ ਸਟਾਫ ਹੁੰਦਾ ਪਰਮਿੰਦਰ ਸਿੰਘ, ਸਾਨੂੰ ਲਖਵਿੰਦਰ ਸਿੰਘ ਵਾਸੀ ਬਟੋਆ, ਤੇ ਇੱਕ ਹੈਗਾ ਨਿਸ਼ਾਨ ਸਿੰਘ, ਇਹ ਹਾਲ ਉੱਥੇ ਗੋਇੰਦਵਾਲ ਸਾਹਿਬ ਰਹਿੰਦੇ ਡੇਰੇ ਤੇ ਜੀ, ਜੇਲ੍ਹ ਜੇਲ੍ਹ ਦੇ ਪਿੱਛੇ ਲੱਗੇ ਡੇਰਾ ਨਾਲ ਜੀ। ਹਾਂਜੀ, ਇਹਨਾਂ ਗ੍ਰਿਫਤਾਰ ਕਰਿਆ ਜਾਊਗਾ ਸਾਰਿਆਂ ਨੂੰ। ਝਗੜੇ ਦਾ ਕਾਰਨ ਕੀ ਹੈ ਜੀ? ਝਗੜੇ ਦਾ ਕਾਰਨ ਗੂਗਲ ਪੇ ਇਹਨਾਂ ਨੇ ਪੈਸੇ ਕਿਸੇ ਥਰਡ ਪਰਸਨ ਨੇ ਪਾਏ ਸੀ, ਉਹਦੇ ਵਾਸਤੇ ਇਹਨਾਂ ਨੂੰ ਪੈਸੇ ਮੰਗਣੇ ਸੀ, ਸਾਨੂੰ 75,000 ਦਿਓ। ਕਿੰਨੇ ਪੈਸੇ? 75,000।
ਛੱਮੀ ਕਰਨਾ ਹੀ ਬਸ।